ਲਓ ਜੀ, ਸੁਖਬੀਰ ਬਾਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਗਿਆ। ਸੁਖਬੀਰ ਬਾਦਲ ਹੋਰਾਂ ਨਾਲ ਤਾਂ ਮਾੜੀ ਹੋ ਗਈ ਹੈ। ਸੁਖਬੀਰ ਬਾਦਲ ਸਾਹਿਬ ਹੁਣ ਕੀ ਕਰਨਗੇ ਤੇ ਕੀ ਜਵਾਬ ਦੇਣਗੇ? ਸੁਖਬੀਰ ਬਾਦਲ ਸਾਹਿਬ ਦੀ ਪਾਰਟੀ ਅਕਾਲੀ ਦਲ ਦੇ 3 MLA ਜਿੱਤੇ ਸੀਗੇ ਜਦੋਂ 2022 ਚ ਪੰਜਾਬ ਦੀਆਂ ਵੋਟਾਂ ਪਈਆਂ ਸੀ, ਤਾਂ ਉਹਨਾਂ ਤਿੰਨਾਂ ਦੇ ਵਿੱਚੋਂ ਇੱਕ ਮਨਪ੍ਰੀਤ ਐਲੀ ਜਿਹੜਾ ਉਹ ਨਾਰਾਜ਼ ਚੱਲ ਰਿਹਾ ਹੈ, ਇੱਕ ਉਹਨਾਂ ਦੀ ਸਾਲੇ ਹਾਰ ਜਿੱਤੀ ਸੀ ਮਜੀਠੀਆ ਦੀ ਘਰਵਾਲੀ ਗਨੀਬ ਕੌਰ, ਤੇ ਇੱਕ ਹੋਰ ਤੀਜੇ ਅਕਾਲੀ ਦਲ ਦੇ MLA ਬੰਗਾ ਤੋਂ ਜਿੱਤੇ ਸੀ ਡਾਕਟਰ ਸੁਖਵਿੰਦਰ ਸੁੱਖੀ, ਤੇ ਸੁਖਵਿੰਦਰ ਸੁੱਖੀ ਹੁਣ ਆਮ ਆਦਮੀ ਪਾਰਟੀ ਚ ਜਾ ਰਹੇ ਨੇ। ਉਹ ਸੁਖਬੀਰ ਬਾਦਲ ਨੂੰ ਛੱਡ ਕੇ ਭਗਵੰਤ ਮਾਨ ਦਾ ਲੜ ਫੜ ਰਹੇ ਨੇ। ਉਹਨਾਂ ਨੇ ਹੁਣ ਤੱਕੜੀ ਛੱਡਤੀ ਹੈ, ਹੁਣ ਉਹ ਝਾੜੂ ਚੁੱਕਣਗੇ। ਕੌਣ? ਡਾਕਟਰ ਸੁਖਵਿੰਦਰ ਸੁੱਖੀ, ਜਿਹੜੇ ਅਕਾਲੀ ਦਲ ਦੇ MLA ਜਿੱਤੇ ਸੀ ਬੰਗਾ ਤੋਂ। ਸੁਖਬੀਰ ਬਾਦਲ ਸਾਹਿਬ ਤੇ ਅਕਾਲੀ ਦਲ ਦੇ ਦਿਨ ਪਿਛਲੇ ਟਾਈਮ ਤੋਂ ਕਾਫੀ ਮਾੜੇ ਚੱਲ ਰਹੇ ਨੇ। ਉਹ ਪਹਿਲਾਂ ਹੀ ਅੱਕੀ ਪਲਾਈ ਹੱਥ ਮਾਰ ਰਹੇ ਨੇ, ਕਦੇ ਉਹ ਕੁਝ ਕਰਦੇ ਨੇ ਕਦੇ ਕੁਝ ਕਰਦੇ ਨੇ, ਪਰ ਸ਼ਾਇਦ ਸੁਖਬੀਰ ਬਾਦਲ ਸਾਹਿਬ ਦੀ ਬੇੜੀ ਲਗਾਤਾਰ ਮੰਝਧਾਰ ਚ ਡੁੱਬਦੀ ਜਾ ਰਹੀ ਹੈ। ਤੇ ਬਹੁਤ ਵੱਡਾ ਅਕਾਲੀ ਦਲ ਚ ਪਹਿਲਾਂ ਹੀ ਰੌਲਾ ਪਿਆ ਹੋਇਆ ਵੀ ਸੁਖਬੀਰ ਬਾਦਲ ਦੀ ਅਗਵਾਈ ਠੀਕ ਨਹੀਂ, ਸੁਖਬੀਰ ਬਾਦਲ ਨੂੰ ਬਦਲੋ, ਪ੍ਰਧਾਨ ਬਦਲੋ। ਬੜੇ ਬੰਦੇ ਇਸ ਕਰਕੇ ਅਕਾਲੀ ਦਲ ਨੂੰ ਛੱਡ ਗਏ, ਵੱਡੇ ਵੱਡੇ ਆਗੂ, ਵੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਠੀਕ ਨਹੀਂ, ਬਦਲੋ। ਔਰ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਕਿ ਦੁਬਾਰਾ ਫਿਰ ਬੀਬੀ ਜਗੀਰ ਕੌਰ ਕੀ, ਜਿਹੜਾ ਸੁਰਜੀਤ ਸਿੰਘ ਰੱਖੜਾ ਕੀ, ਪ੍ਰੇਮ ਸਿੰਘ ਚੰਦੂ ਮਾਜਰਾ ਕੀ, ਸੁਖਦੇਵ ਸਿੰਘ ਢੀਂਡਸਾ ਕੀ, ਤੇ ਹੋਰ ਵਡਾਲਾ ਵਰਗੇ ਕਿੰਨੇ ਹੀ ਅਕਾਲੀ ਦਲ ਦੇ ਵੱਡੇ ਆਗੂ ਅਕਾਲੀ ਦਲ ਨੂੰ ਛੱਡ ਕੇ ਪਾਸੇ ਹੋ ਗਏ। ਉਹਨਾਂ ਨੇ ਵੱਡੇ ਸਵਾਲ ਸੁਖਬੀਰ ਬਾਦਲ ਇਹਦੀ ਅਗਵਾਈ ਤੇ ਅਕਾਲੀ ਦਲ ਤੇ ਖੜੇ ਕੀਤੇ ਨੇ। ਔਰ ਅਕਾਲੀ ਦਲ ਨੂੰ ਅਕਾਲ ਤਖਤ ਸਾਹਿਬ ਵੱਲੋਂ ਪਿਛਲੇ ਦਿਨੀਂ ਇੱਕ ਵੱਡਾ ਨੋਟਿਸ ਕੱਢਣਾ ਪਿਆ ਜਦੋਂ ਅਕਾਲੀਆਂ ਦੇ ਬਾਗੀ ਧੜੇ ਨੇ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕੀਤੀ ਵੀ ਸੁਖਬੀਰ ਬਾਦਲ ਹੋਰਾਂ ਨੇ ਇੱਦਾਂ ਇੱਦਾਂ ਆ ਗਲਤ ਕੀਤਾ। ਤਾਂ ਹੁਣ ਸੁਖਬੀਰ ਬਾਦਲ ਹੋਰਾਂ ਨੂੰ, ਅਕਾਲੀ ਦਲ ਨੂੰ ਡਾਕਟਰ ਸੁਖਵਿੰਦਰ ਸੁੱਖੀ ਵੀ ਛੱਡ ਗਏ ਨੇ, ਜਿੱਤੇ ਹੋਏ MLA ਅਕਾਲੀ ਦਲ ਦੇ ਛੱਡ ਗਏ ਨੇ। ਇਹ ਉਹੀ ਸੁਖਵਿੰਦਰ ਸੁੱਖੀ ਹੈ। ਆ ਮਹੀਨਾ ਕੁ ਪਹਿਲਾਂ ਸੁਖਬੀਰ ਬਾਦਲ ਦਾ ਜਨਮ ਦਿਨ ਸੀ, ਉਸ ਦਿਨ ਸੋਸ਼ਲ ਮੀਡੀਆ 'ਤੇ ਇਸੇ ਸੁਖਵਿੰਦਰ ਸੁੱਖੀ ਦੀ ਪੋਸਟ ਪਾਈ ਹੋਈ ਹੈ ਵੀ ਲੱਖ ਲੱਖ ਵਧਾਈ ਪੰਜਾਬ ਦੇ ਵਿਕਾਸ ਪੁਰਸ਼ ਸੁਖਬੀਰ ਬਾਦਲ ਸਾਹਿਬ ਨੂੰ। ਅੱਜ ਤੋਂ ਮਹੀਨਾ ਪਹਿਲਾਂ ਇਸੇ ਡਾਕਟਰ ਸੁਖਵਿੰਦਰ ਸੁੱਖੀ ਨੂੰ ਸੁਖਬੀਰ ਬਾਦਲ ਵਿਕਾਸ ਪੁਰਸ਼ ਲੱਗਦਾ ਸੀ, ਤੇ ਹੁਣ ਕੀ ਹੋ ਗਿਆ? ਹੁਣ ਤਾਂ ਇਹੀ ਕਿਹਾ ਜਾਊਗਾ ਕਿ ਕੀ ਹੁਣ ਸੁਖਬੀਰ ਬਾਦਲ ਵਿਨਾਸ਼ ਪੁਰਸ਼ ਲੱਗਣ ਲੱਗ ਪਿਆ। ਇਸ ਕਰਕੇ ਉਹਨਾਂ ਨੇ ਹੁਣ ਭਗਵੰਤ ਮਾਨ ਦਾ ਦਾਮਨ ਫੜ ਲਿਆ। ਹੁਣ ਡਾਕਟਰ ਸੁਖਵਿੰਦਰ ਸੁੱਖੀ ਵਾਸਤੇ ਭਗਵੰਤ ਮਾਨ ਵਿਕਾਸ ਪੁਰਸ਼ ਬਣ ਗਏ ਹੋਣਗੇ, ਤੇ ਸੁਖਬੀਰ ਬਾਦਲ ਹੁਣ ਉਹਨਾਂ ਵਾਸਤੇ ਵਿਨਾਸ਼ ਪੁਰਸ਼ ਹੋ ਜਾਣਗੇ। ਦੇਖੋ, ਅਕਾਲੀ ਦਲ ਦੀ ਹਾਲਤ ਲਗਾਤਾਰ ਨਿਗਰਦੀ ਗਈ ਹੈ, ਪਰ ਪੇਚ ਫਸਿਆ ਹੋਇਆ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ। ਸੱਚਮੁੱਚ ਆਮ ਹਰ ਇੱਕ ਵਿਅਕਤੀ ਨੂੰ ਨਜ਼ਰ ਆ ਰਿਹਾ, ਹਰ ਪਾਰਟੀ ਦੇ ਵਿੱਚ ਕੁਝ ਅੰਨੇ ਭਗਤ ਹੁੰਦੇ ਨੇ, ਉਹਨਾਂ ਨੂੰ ਛੱਡ ਕੇ ਹਰੇਕ ਨੂੰ ਨਜ਼ਰ ਆ ਰਿਹਾ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਚ ਅਕਾਲੀ ਦਲ ਵਿਕਾਸ ਨਹੀਂ ਕਰ ਰਿਹਾ, ਥੱਲੇ ਹੀ ਥੱਲੇ ਹੀ ਥੱਲੇ ਵੜਦਾ ਜਾ ਰਿਹਾ। ਪਿਛਲੇ ਟਾਈਮ 'ਚ ਅਕਾਲੀ ਦਲ ਦੇ ਬਹੁਤ ਖਾਸ ਵਫ਼ਾਦਾਰ
ਸਿਕੰਦਰ ਸਿੰਘ ਮਲੂਕਾ ਵਰਗੇ ਵੀ ਪਾਸੇ ਹੋ ਗਏ ਛੱਡ ਕੇ। ਇਸ ਤੋਂ ਵੱਧ ਅਕਾਲੀ ਦਲ ਦਾ ਮਾੜਾ ਹਾਲ ਕਦੇ ਸੋਚਿਆ ਨਹੀਂ ਜਾ ਸਕਦਾ। ਪਹਿਲੀ ਵਾਰ ਇੰਝ ਹੋਇਆ ਵੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਅਕਾਲੀ ਦਲ ਸਿਰਫ ਆਪਣੀ ਘਰ ਦੀ ਸੀਟ ਬਚਾ ਸਕਿਆ ਅਤੇ ਬਾਕੀ ਸਾਰੀਆਂ ਥਾਵਾਂ 'ਤੇ ਹਾਰ ਗਿਆ। ਜ਼ਮਾਨਤਾਂ ਵੀ ਬੁਰੀ ਤਰ੍ਹਾਂ ਜ਼ਬਤ ਹੋਈਆਂ ਨੇ। ਇਸ ਤਰੀਕੇ ਨਾਲ ਸੁਖਬੀਰ ਬਾਦਲ ਦੀ ਪ੍ਰਧਾਨਗੀ ਅਕਾਲੀ ਦਲ ਦੇ ਲਈ ਲਾਭਦਾਇਕ ਸਾਬਤ ਨਹੀਂ ਹੋ ਰਹੀ। ਜਿਹੜਾ ਸੈਨਾਪਤੀ ਅਗਵਾਈਕਾਰ ਮੁੱਖ ਭੂਮਿਕਾ ਹੁੰਦੀ ਆ ਉਸਦੀ ਘਰ ਨੂੰ ਪਾਰਟੀ ਨੂੰ ਸੰਸਥਾ ਨੂੰ ਕੰਪਨੀ ਨੂੰ ਅੱਗੇ ਲੈ ਕੇ ਜਾਣ 'ਚ, ਤਾਂ ਜੇਕਰ ਅਕਾਲੀ ਦਲ ਅੱਜ ਮੰਦਹਾਲੀ 'ਚ ਹੈ ਤਾਂ ਉਹਦਾ ਜ਼ਿੰਮਾ ਵੀ ਫਿਰ ਡਰਾਈਵਰ ਦਾ, ਅਗਵਾਈਕਾਰ ਦਾ, ਚਾਲਕ ਦਾ ਬਣਦਾ। ਤਾਂ ਸੁਖਬੀਰ ਬਾਦਲ ਹੋਰਾਂ ਨੇ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਨੂੰ ਸਪਸ਼ਟੀਕਰਨ ਦਿੱਤਾ। ਜੋ ਅਕਾਲ ਤਖਤ ਸਾਹਿਬ ਨੇ ਲੱਗੇ ਹੋਏ ਦੋਸ਼ਾਂ ਦਾ ਜਵਾਬ ਮੰਗਿਆ ਸੀ ਤਾਂ ਉਹ ਸਪਸ਼ਟੀਕਰਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਕਾਲ ਤਖਤ ਸਾਹਿਬ ਨੇ ਜੋ ਕਿਹਾ, ਮੈਂ ਇੱਕ ਨਿਮਾਣੇ ਸਿੱਖ ਵਾਂਗ ਆਪਣੀਆਂ ਗਲਤੀਆਂ ਗੁਨਾਹਾਂ ਨੂੰ ਕਬੂਲ ਕਰਦਾ, ਕੋਈ ਸਫਾਈ ਨਹੀਂ, ਜੋ ਸਜ਼ਾ ਅਕਾਲ ਤਖਤ ਸਾਹਿਬ ਲਾਏਗਾ ਮੈਂ ਮੰਨਾਂਗਾ। ਪਰ ਚਾਰਾ ਵੀ ਕੋਈ ਨਹੀਂ ਸੀ, ਹੁਣ ਦਲੀਲਾਂ ਤਰਕ ਦੇਣ ਦਾ ਵਕਤ ਨਹੀਂ ਬਚਿਆ। ਸੁਖਬੀਰ ਬਾਦਲ ਹੋਰਾਂ ਨੂੰ ਪਤਾ ਸੀ ਕਿ ਜੇ ਹੁਣ ਵੀ ਕੋਈ ਦੋ ਚਾਰ ਦਲੀਲਾਂ ਹੋਰ ਦੇਤੀਆਂ ਤਾਂ ਜਿਹੜੀ ਮਾੜੀ ਮੋਟੀ ਭਾਲ ਪੰਜਾਬ 'ਚ ਬਚੀ ਹੈ ਇਹ ਵੀ ਨਹੀਂ ਰਹਿਣੀ। ਤਾਂ ਅੱਕੀ ਪਲਾਈ ਹੱਥ ਮਾਰ ਰਹੀ ਹੈ ਅਕਾਲੀ ਦਲ ਦੀ ਲੀਡਰਸ਼ਿਪ, ਖਾਸ ਕਰਕੇ ਸੁਖਬੀਰ ਬਾਦਲ, ਅਤੇ ਅੱਜ ਉਸ ਡੁੱਬ ਰਹੀ ਬੇੜੀ ਦੇ ਵਿੱਚੋਂ ਇੱਕ ਹੋਰ ਯਾਤਰੀ ਛਾਲ ਮਾਰ ਗਿਆ। ਹੁਣ ਸਵਾਲ ਇਹ ਹੈ ਕਿ ਡਾਕਟਰ ਸੁਖਵਿੰਦਰ ਸੁੱਖੀ ਨੇ ਪਾਰਟੀ ਕਿਉਂ ਬਦਲੀ? ਹੁਣ ਉਹ ਕਹੇਗਾ ਮੈਂ ਪੰਜਾਬ ਦੇ ਭਲੇ ਲਈ, ਮੈਂ ਲੋਕਾਂ ਦੇ ਭਲੇ ਲਈ, ਮੈਂ ਹਲਕੇ ਦੇ ਲੋਕਾਂ ਦੀ ਸੇਵਾ ਲਈ ਪਾਰਟੀ ਬਦਲੀ ਹੈ। ਬਿਲਕੁਲ ਗੱਪ ਅਤੇ ਗਪੌੜ ਹੈ ਸਾਰੀਆਂ ਗੱਲਾਂ। ਜਿੰਨੇ ਵੀ ਬੰਦੇ ਰਾਤੋ ਰਾਤ ਪਾਰਟੀਆਂ ਬਦਲਦੇ ਨੇ ਉਹ ਸਾਰੇ ਸਿਰਫ ਆਪਣੇ ਭਲੇ ਲਈ, ਆਪਣੇ ਘਰ ਦੇ ਭਲੇ ਲਈ, ਆਪਣੇ ਨਿੱਜੀ ਫਾਇਦੇ ਲਈ ਬਦਲਦੇ ਨੇ, ਆਪਣੇ ਲਾਲਚ ਲਈ ਬਦਲਦੇ ਨੇ। ਲੋਕਾਂ ਦਾ, ਪੰਜਾਬ ਦਾ ਤਾਂ ਉਹ ਨਾਂ ਲੈ ਦਿੰਦੇ ਨੇ ਅਤੇ ਸਾਡੀ ਭੋਲੀ ਜਨਤਾ ਨੂੰ ਸਮਝ ਨਹੀਂ ਆਉਂਦਾ ਵੀ ਕਰ ਕੀ ਗਿਆ। ਜਿਸ ਦਿਨ ਸਾਡੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਜਿਹੜਾ ਬੰਦਾ ਅਜੇ ਮਹੀਨਾ ਡੇਢ ਮਹੀਨਾ ਪਹਿਲਾਂ ਜਿਹੜੀ ਪਾਰਟੀ ਨੂੰ ਗਲਤ 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 ਕਹਿ ਰਿਹਾ ਸੀ ਉਹ ਇੱਕੋ ਦਮ ਉਹਦੇ 'ਚ ਚਲਾ ਗਿਆ, ਤਾਂ ਇਹ ਮੌਕਾ ਪ੍ਰਸਤ ਕਿੰਨਾ ਹੈ, ਇਹ ਇਹਦੀ ਮੌਕਾ ਪ੍ਰਸਤੀ ਹੈ। ਇਹਦਾ ਸਟੈਂਡ ਕੋਈ ਨਹੀਂ ਗਾ, ਸਾਈਕਲ ਦਾ ਵੀ ਹੁੰਦਾ ਪਰ ਅੱਜ ਦੇ ਨੇਤਾਵਾਂ ਦਾ ਹੈ ਨਹੀਂ। ਉਸ ਦਿਨ ਇਹ ਨੇਤਾ ਇਹੋ ਜਿਹੇ ਕਾਰਨਾਮੇ ਛੱਡ ਜਾਣਗੇ। ਹੁਣ ਪਿਛਲੇ ਦਿਨਾਂ 'ਚ ਰਾਜਕੁਮਾਰ ਚੱਬੇਵਾਲ ਅਚਾਨਕ ਆਮ ਆਦਮੀ ਪਾਰਟੀ ਚਲਾ ਗਿਆ ਸੀ, ਚੋਣ ਵੀ ਲੜਾਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ। ਜਦੋਂ ਕੋਈ ਛੱਡ ਕੇ ਜਾਂਦਾ ਤਾਂ ਦੋ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ, ਇੱਕ ਵੀ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਜਾਣਾ ਉੱਧਰ ਨੂੰ ਹੁੰਦਾ ਸਾਰਿਆਂ ਨੇ, ਕਿਉਂਕਿ ਮਲਾਈ ਉੱਥੋਂ ਮਿਲਦੀ ਹੈ, ਜਿਨ੍ਹਾਂ ਦੇ ਪੀਪੇ 'ਚ ਕੁਛ ਨਹੀਂ ਉਹਨਾਂ ਨੇ ਜਾ ਕੇ ਕੀ ਲੈਣਾ, ਜਿਨ੍ਹਾਂ ਦਾ ਪੀਪੇ 'ਚ ਮਲਾਈ ਹੈ ਉੱਧਰ ਨੂੰ ਜਾਣਾ। ਤਾਂ ਜਦੋਂ ਵੀ ਕੋਈ ਨੇਤਾ ਛੱਡ ਕੇ ਜਾਂਦਾ ਤਾਂ ਦੋ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ, ਪਹਿਲੀ ਵੀ ਉਹਨੂੰ ਕਿਸੇ ਏਜੰਸੀ ਦਾ, ਕਿਸੇ ਗਲਤੀ 'ਤੇ ਗ੍ਰਿਫਤਾਰੀ ਦਾ ਡਰ ਪੈਦਾ ਹੋ ਗਿਆ ਸੀ ਜਾਂ ਅਗਲਿਆਂ ਨੇ ਕੋਈ ਵੱਡਾ ਲਾਲਚ ਦੇ ਤਾ ਕਿਸੇ ਅਹੁਦੇ ਦਾ ਤਾਂ ਛੱਡ ਕੇ ਗਿਆ। ਅਤੇ ਦੂਜਾ ਵਿਚਾਰ ਉਹਦੇ ਵੱਲੋਂ ਆਉਂਦਾ ਜਿਹੜਾ ਛੱਡ ਕੇ ਗਿਆ ਹੁੰਦਾ, ਉਹ ਇਹ ਕਹਿੰਦਾ ਵੀ ਨਹੀਂ 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 ਮੈਂ ਤਾਂ ਲੋਕਾਂ ਦੀ ਸੇਵਾ ਲਈ ਇੰਝ ਕੀਤਾ। ਹੁਣ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਕਿ ਕੀ ਇਹ ਲੋਕਾਂ ਦੀ ਸੇਵਾ ਲਈ ਇੰਝ ਕਰਦੇ ਨੇ ਜਾਂ ਮੇਵਾ ਖਾਣ ਲਈ ਇੰਝ ਕਰਦੇ ਨੇ। ਤੁਸੀਂ ਬਹੁਤ ਸਿਆਣੇ ਹੋ, ਤੁਹਾਡਾ ਵਿਚਾਰ ਆਉਣਾ ਚਾਹੀਦਾ ਹੈ। ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਜੱਟ, ਬਹੁਤ ਮਿਹਰਬਾਨੀ।